ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਜੋ ਕਿ ਆਪਣੀ ਇਮਾਨਦਾਰੀ ਦਾ ਡੰਕਾ ਸਾਰੀ ਦੁਨੀਆ ਦੇ ਵਿੱਚ ਵਜਾਉਣ ਦੀਆਂ ਗੱਲਾਂ ਕਰਦੇ ਨੇ, ਉਹਨਾਂ ਦੀ ਪੋਲ ਖੋਲਦੀ ਇੱਕ ਹੈਰਾਨੀਜਨਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਉਹਨਾਂ ਦਾ ਹੀ ਇੱਕ ਉਮੀਦਵਾਰ ਸ਼ਰਾਬ ਵੰਡਦਾ, ਅਨੋਖੇ ਤਰੀਕੇ ਦੇ ਨਾਲ ਸ਼ਰਾਬ ਵੰਡਦਾ ਦਿਖਾਈ ਦੇ ਰਿਹਾ। ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾ ਦਿੰਦੇ ਹਾਂ। ਦਰਅਸਲ ਇਸ ਵੀਡੀਓ ਦੇ ਅਨੁਸਾਰ ਲੋਕਾਂ ਨੂੰ 10 ਰੁਪਏ ਦੇ ਨੋਟ ਦਿੱਤੇ ਗਏ ਨੇ ਜਿਨ੍ਹਾਂ ਦੇ ਨੰਬਰ ਠੇਕੇ ਉੱਤੇ ਪਹਿਲਾਂ ਹੀ ਰਜਿਸਟਰ ਲਿਖਵਾ ਦਿੱਤੇ ਗਏ ਨੇ। ਉਸ ਫਾਈਲ ਦੇ ਵੱਲੋਂ ਦੇਖ ਕੇ 10 ਦੇ ਨੋਟ ਦੇ ਨੰਬਰ ਨੂੰ ਪਹਿਚਾਣ ਕੇ ਅਤੇ ਫਾਈਲ ਵਿੱਚ ਲਿਖੇ ਗਏ ਨੰਬਰਾਂ ਨੂੰ ਮਿਲਾ ਕੇ ਉਸ ਵਿਅਕਤੀ ਨੂੰ ਜੋ ਕਿ 10 ਰੁਪਏ ਦਾ ਨੋਟ ਫੜਾਉਂਦਾ ਹੈ ਉਸ ਨੂੰ ਇੱਕ ਸ਼ਰਾਬ ਦੀ ਬੋਤਲ ਦੇ ਦਿੱਤੀ ਜਾਂਦੀ ਹੈ। ਇਹ ਤਰੀਕਾ ਅਪਣਾਇਆ ਇਸ ਵਾਰ ਚੋਣਾਂ ਦੇ ਵਿੱਚ ਸ਼ਰਾਬ ਵੰਡਣ ਦਾ। ਤੁਸੀਂ ਵੇਖ ਸਕਦੇ ਹੋ ਕਿ ਵੀਡੀਓ ਦੇ ਵਿੱਚ ਵਿਅਕਤੀ 10 ਰੁਪਏ ਦਾ ਨੋਟ ਠੇਕੇ ਵਾਲੇ ਨੂੰ ਫੜਾ ਰਿਹਾ ਹੈ ਅਤੇ ਠੇਕੇ ਵਾਲਾ ਉਸ 10 ਰੁਪਏ ਦੇ ਨੋਟ ਨੂੰ ਆਪਣੀ ਫਾਈਲ ਵਿੱਚ ਲਿਖੇ ਨੰਬਰਾਂ ਦੇ ਨਾਲ ਮਿਲਾਉਂਦਾ ਹੈ ਅਤੇ ਮਿਲਣ ਤੋਂ ਬਾਅਦ ਨਾਮ ਵੀ ਲਿਆ ਜਾਂਦਾ ਹੈ ਸਾਬੂ ਦਾ ਅਤੇ ਸ਼ਰਾਬ ਦੀ ਬੋਤਲ 10 ਰੁਪਏ ਦੇ ਨੋਟ ਦੇ ਬਦਲੇ ਫੜਾ ਦਿੱਤੀ ਜਾਂਦੀ ਹੈ। ਦਰਅਸਲ ਵੀਡੀਓ ਦੇ ਵਿੱਚ ਜਿਸ ਸਾਬੂ ਦਾ ਨਾਂ ਲਿਆ ਜਾ ਰਿਹਾ ਹੈ ਉਹ ਵਾਰਡ ਨੰਬਰ 56 ਤੋਂ ਲੋਕ ਇਨਸਾਫ ਪਾਰਟੀ ਦਾ ਉਮੀਦਵਾਰ ਯੁਵਰਾਜ ਮਲਹੋਤਰਾ ਹੈ ਜਿਸ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ। ਯੁਵਰਾਜ ਮਲਹੋਤਰਾ ਦਾ ਇਸ ਬਾਰੇ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਸਰ ਦੇਖੋ, ਇਹ ਓਪੋਜੀਸ਼ਨ ਦੀ ਚਾਲ ਹੈ। ਜੇ ਕੋਈ ਠੇਕੇ ਦੇ ਬੰਦਾ ਜਾ ਰਿਹਾ, ਜਿਹੜਾ ਓਪੋਜੀਸ਼ਨ ਬੰਦਾ ਵੀਡੀਓ ਬਣਾ ਰਿਹਾ, ਇਟ ਮੀਨਸ ਉਹਨਾਂ ਨੂੰ ਕੋਈ ਬੰਦਾ ਉੱਥੇ ਖੜਾ ਹੋਇਆ ਜਾਣ ਕੇ ਠੇਕੇ 'ਤੇ ਭੇਜਿਆ ਜਾ ਰਿਹਾ। ਕੋਈ ਵੀ ਮੈਂ ਵੀ ਦੇਖੀ ਵੀਡੀਓ, ਜੇ ਸਲਿੱਪ ਲੈ ਕੇ ਉਹਨੂੰ ਕੋਈ ਪਤਾ ਨਹੀਂ ਕੋਈ 10 ਦਾ ਨੋਟ ਜਾਂ 20 ਦਾ ਨੋਟ ਕੁਛ ਇੱਦਾਂ ਦੀ ਚੀਜ਼ਾਂ ਆ ਰਹੀਆਂ ਵਾ, ਅਤੇ ਉਹਦੇ ਸਾਰੀ ਓਪੋਜੀਸ਼ਨ ਚਾਲ ਹੈ। ਮੇਰੇ 'ਚ ਕੋਈ ਰੋਲ ਨਹੀਂ ਹੈਗਾ, ਮੈਨੂੰ ਇਸ ਬਾਰੇ ਕੁਛ ਵੀ ਨਹੀਂ ਪਤਾ ਕਿ ਕਿਉਂ। ਦੇਖੋ, ਇਹ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਸੀਗਾ, ਇਟ ਮੀਨਸ ਉਹ ਬੰਦਾ ਨਾਲ ਸੀਗਾ ਓਪੋਜੀਸ਼ਨ ਵਾਲਾ, ਅਤੇ ਉਹਨੇ ਹੀ ਉੱਥੇ ਮੇਰਾ ਨਾਂ ਉਹਨਾਂ ਨੂੰ ਕਿਹਾ ਹੋਇਆ ਅਤੇ ਉਹਨੂੰ ਕਿਹਾ ਕਿ ਉਹਨੂੰ ਬੋਤਲ ਦੇ ਜਾਂ ਕੁਛ ਵੀ ਹੈ, ਮੈਨੂੰ ਨਹੀਂ ਇਸ ਬਾਰੇ ਕੁਛ ਨਹੀਂ, ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਹੈਗੀ ਉਹ ਕਿਹੜੀ ਫਾਈਲ 'ਚ ਨੋਟ ਮਿਲਾ ਰਿਹਾ ਜਾਂ ਔਰ ਕੋਈ ਕਿਹੜਾ ਨੋਟ ਹੈ ਕਿਹੜਾ ਕੁਛ ਹੈ, ਮੈਂ ਇਸ ਤੋਂ ਬਿਲਕੁਲ ਅਣਜਾਣ ਹਾਂ। ਨਾਲ ਹੀ ਯੁਵਰਾਜ ਮਲਹੋਤਰਾ ਉਰਫ ਸਾਬੂ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਨਸ਼ਿਆਂ ਦੇ ਸਖ਼ਤ ਖਿਲਾਫ ਹੈ। ਦਾਰੂ ਨਸ਼ਾ ਸਾਡੇ ਲੋਕ ਹਿਸਾਬ ਪਾਰਟੀ ਦੇ ਬਿਲਕੁਲ ਖਿਲਾਫ ਹੈ, ਕਿਉਂਕਿ ਜਿਹੜੀ ਸਾਡੀ ਪਾਰਟੀ ਜਿਹੜੀ ਪਾਰਟੀ ਅਸੀਂ ਬਿਲੋਂਗ ਕਰਦੇ ਹਾਂ ਉਹ ਨਸ਼ੇ ਦੇ ਖਿਲਾਫ ਹੈ। ਅੱਜ ਤੋਂ 5 ਸਾਲ ਪਹਿਲੇ ਅਕਾਲੀ ਦੇ ਖਿਲਾਫ ਸੀਗੀ, ਅੱਜ ਵੀ ਕਾਂਗਰਸ ਦੇ ਖਿਲਾਫ ਹੈ। ਕਾਂਗਰਸ ਨੇ ਆ ਕੇ ਕਿਹਾ ਨਸ਼ਾ ਮੁਕਤ ਕਰਾਂਗੇ, ਮੇਰੇ ਹਿਸਾਬ ਨਾਲ ਕਾਂਗਰਸ ਆਉਂਦਾ ਨਸ਼ਾ ਹੋਰ ਵੱਧ ਗਿਆ। ਯੁਵਰਾਜ ਮਲਹੋਤਰਾ ਉਰਫ ਸਾਬੂ ਵੱਲੋਂ ਨਸ਼ਿਆਂ ਦੇ ਖਿਲਾਫ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਉਹਨਾਂ ਦੀਆਂ ਕੁਝ ਅਜਿਹੀਆਂ ਫੋਟੋਆਂ ਦਿਖਾਉਂਦੇ ਹਾਂ ਜਿਨ੍ਹਾਂ ਵਿੱਚ ਉਹ ਸਾਫ਼ ਤੌਰ 'ਤੇ ਨਸ਼ਾ ਕਰਦੇ ਦਿਖਾਈ ਦਿੰਦੇ ਨੇ। ਇਹਨਾਂ ਫੋਟੋਆਂ ਦੇ ਵਿੱਚ ਕੁਝ ਫੋਟੋਆਂ ਦੇ ਵਿੱਚ ਉਹ ਸ਼ਰਾਬਾਂ ਪੀਂਦੇ ਦਿਖਾਈ ਦਿੰਦੇ ਨੇ ਅਤੇ ਕੁਝ ਦੇ ਵਿੱਚ ਹੁੱਕੇ ਦਾ ਇਸਤੇਮਾਲ ਕਰਦੇ ਸਾਫ਼ ਤੌਰ 'ਤੇ ਦਿਖਾਈ ਦੇ ਰਹੇ ਨੇ। ਜਦੋਂ ਇਹਨਾਂ ਫੋਟੋਆਂ ਦੇ ਬਾਰੇ ਸਾਬੂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੂੰ ਕੋਈ ਵੀ ਜਵਾਬ ਨਹੀਂ ਸੁਝਿਆ। ਫੋਟੋਆਂ ਭਾਅ ਜੀ ਮੇਰੀ ਵਾਈਫ ਦੇ ਨਾਲ ਹੈ, ਮੈਂ ਆਫਟਰ ਮੈਰਿਜ ਹੋ ਮੈਂ ਬਾਹਰ ਘੁੰਮਣ ਗਿਆ, ਉਹ ਪਿਕਚਰ ਤਾਂ ਸਾਰੀਆਂ ਵਿੱਚ ਕੋਈ ਮੈਨੂੰ ਇਸ਼ੂ ਨਹੀਂ ਹੈ, ਮੈਂ ਉਹਦੇ ਬਾਰੇ ਕੁਛ ਵੀ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੇਰੀ ਵਾਈਫ ਨਾਲ ਮੇਰੀ ਪਿਕਚਰਸ ਹੈ, ਵਿਦ ਫੈਮਿਲੀ ਹੈ ਮੇਰੀ, ਉਹ 'ਚ ਕੋਈ ਮੈਨੂੰ ਪ੍ਰੋਬਲਮ ਨਹੀਂ ਹੈਗੀ। ਕਿਹਾ ਜਾਂਦਾ ਹੈ ਕਿ ਪੰਜਾਬ ਦੀਆਂ ਹਰ ਇੱਕ ਚੋਣਾਂ ਦੇ ਵਿੱਚ ਸ਼ਰਾਬ ਦਾ ਖੁੱਲ੍ਹੇ ਤੌਰ 'ਤੇ ਇਸਤੇਮਾਲ ਹੁੰਦਾ ਹੈ, ਇਸ ਕਰਕੇ ਸਿਰਫ ਯੁਵਰਾਜ ਮਲਹੋਤਰਾ ਉਰਫ ਸਾਬੂ ਨੇ ਸ਼ਰਾਬ ਨਹੀਂ ਵੰਡੀ। ਇਸ ਨੂੰ ਲੈ ਕੇ ਕਈ ਹੋਰ ਜਗ੍ਹਾ ਤੋਂ ਵੀ ਕਈ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਈਆਂ ਨੇ। ਵਾਰਡ ਨੰਬਰ 65 ਤੋਂ ਉਮੀਦਵਾਰ ਆਜ਼ਾਦ ਉਮੀਦਵਾਰ ਦੇ ਪਤੀ ਵਿਸ਼ਾਲ ਗੁਲਾਟੀ ਨੇ ਵੀ ਲਾਈਵ ਹੋ ਕੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਇੱਕ ਨਜਾਇਜ਼ ਸ਼ਰਾਬ ਦਾ ਖੁਲਾਸਾ ਕੀਤਾ ਜਿਸ ਨੂੰ ਛੱਡ ਕੇ ਸ਼ਰਾਬ ਵੰਡਣ ਵਾਲੇ ਉੱਥੋਂ ਦੌੜ ਗਏ ਸਨ। ਇਸ ਵੀਡੀਓ ਦੇ ਵਿੱਚ ਅਸੀਂ ਸਾਫ਼ ਤੌਰ 'ਤੇ ਦੇਖ ਸਕਦੇ ਹਾਂ ਕਿ ਨਜਾਇਜ਼ ਸ਼ਰਾਬ ਜਿਸ ਨੂੰ ਕਿ ਵਿਸ਼ਾਲ ਗੁਲਾਟੀ ਵੱਲੋਂ ਦੇਸੀ ਸ਼ਰਾਬ ਦੱਸਿਆ ਜਾ ਰਿਹਾ ਹੈ ਉਸ ਨੂੰ ਛੱਡ ਕੇ ਸ਼ਰਾਬ ਵੰਡਣ ਵਾਲੇ ਮੌਕੇ ਤੋਂ ਦੌੜ ਗਏ। ਉਸ ਤੋਂ ਬਾਅਦ ਵਿਸ਼ਾਲ ਗੁਲਾਟੀ ਨੇ ਇਸ ਵੀਡੀਓ ਨੂੰ ਫੇਸਬੁੱਕ 'ਤੇ ਲਾਈਵ ਕੀਤਾ। ਇਸ ਵੀਡੀਓ ਤੋਂ ਇਲਾਵਾ ਇੱਕ ਹੋਰ ਸ਼ਰਮਨਾਕ ਵੀਡੀਓ ਲੁਧਿਆਣਾ ਤੋਂ ਹੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਸਾਫ਼ ਤੌਰ 'ਤੇ ਦੇਖ ਸਕਦੇ ਹੋ ਕਿ ਵੱਖ ਵੱਖ ਪਾਰਟੀ ਦੀਆਂ ਝੰਡੀਆਂ ਇਸ ਬਾਜ਼ਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਅਤੇ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਚੁਣਾਵੀ ਆਟਾ ਵੰਡਿਆ ਜਾ ਰਿਹਾ ਹੈ ਅਤੇ ਲੋਕ ਉਸ ਆਟੇ ਨੂੰ ਭੱਜ ਭੱਜ ਕੇ ਲੈ ਰਹੇ ਨੇ। ਦੱਸਿਆ ਜਾ ਰਿਹਾ ਕਿ ਇਹ ਆਟਾ ਵੋਟਾਂ ਖਰੀਦਣ ਲਈ ਵੰਡਿਆ ਜਾ ਰਿਹਾ ਜਿਸ ਨੂੰ ਲੋਕ ਬਹੁਤ ਉਤਾਵਲੇ ਨੇ ਕਿ ਵੱਧ ਤੋਂ ਵੱਧ ਆਟਾ ਇਸ ਗੱਡੀ 'ਚੋਂ ਲਿਆ ਜਾਵੇ। ਇਸ ਵੀਡੀਓ ਨੂੰ ਵੀ ਕਿਸੇ ਨੇ ਬਣਾ ਕੇ ਵਾਇਰਲ ਕਰ ਦਿੱਤਾ, ਪਰ ਇਹ ਵੀਡੀਓ ਪੰਜਾਬ ਦੇ ਉਸ ਕੌੜੇ ਸੱਚ ਨੂੰ ਸਾਹਮਣੇ ਲਿਆਉਂਦੀ ਹੈ ਜਿੱਥੇ ਅੱਜ ਵੀ ਸ਼ਰਾਬ ਅਤੇ ਆਟਾ ਲੈ ਕੇ ਵੋਟਾਂ ਪਾਈਆਂ ਜਾਂਦੀਆਂ ਨੇ। ਪਰ ਵੱਡਾ ਸਵਾਲ ਇੱਥੇ ਇਹ ਖੜਾ ਹੋ ਗਿਆ ਕਿ ਲੋਕ ਇਨਸਾਫ ਪਾਰਟੀ ਉਸ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਜੋ ਕਿ ਬਹੁਤ ਇਮਾਨਦਾਰੀ ਦੇ ਬੁੱਤ ਬਣਦੇ ਨੇ, ਉਹਨਾਂ ਦੇ ਉਮੀਦਵਾਰ ਵੀ ਅਜਿਹੇ ਕੰਮਾਂ ਦੇ ਵਿੱਚ ਸ਼ਾਮਿਲ ਨੇ। ਸਿਮਰਜੀਤ ਸਿੰਘ ਬੈਂਸ ਨੇ ਅਜੇ ਤੱਕ ਇਸ ਮੁੱਦੇ 'ਤੇ ਇਸ ਵੀਡੀਓ 'ਤੇ ਇਸ ਮਸਲੇ 'ਤੇ ਕੋਈ ਵੀ ਜਵਾਬ ਨਹੀਂ ਦਿੱਤਾ ਹੈ, ਜਦਕਿ ਉਹਨਾਂ ਦਾ ਜਵਾਬ ਦੇਣਾ ਜ਼ਰੂਰ ਬਣਦਾ ਹੈ। ਕਿਤੇ ਵੀ ਜਾਂਦੇ ਨੇ ਤਾਂ ਲਾਈਵ ਹੋ ਜਾਂਦੇ ਨੇ, ਪਰ ਇਸ ਮੁੱਦੇ 'ਤੇ ਉਹਨਾਂ ਦੇ ਲਾਈਵ ਦੀ ਉਡੀਕ ਦਾ ਪੰਜਾਬ ਟੀਵੀ ਸਾਰਾ ਪੰਜਾਬ ਅਜੇ ਵੀ ਕਰ ਰਿਹਾ। ਪਰ ਹੁਣ ਅਸੀਂ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਕੀ ਇਸ ਵੀਡੀਓ ਦੇ ਨਾਲ
ਸਿਮਰਜੀਤ ਸਿੰਘ ਬੈਂਸ ਦੀ ਪੋਲ ਪੂਰੀ ਤਰ੍ਹਾਂ ਖੁੱਲ੍ਹ ਚੁੱਕੀ ਹੈ ਕਿ ਉਹ ਅਜਿਹੇ ਉਮੀਦਵਾਰਾਂ ਨੂੰ ਆਪਣੀ ਪਾਰਟੀ ਦੀ ਟਿਕਟ ਦਿੰਦੇ ਨੇ। ਇਸ ਬਾਰੇ ਤੁਹਾਡੀ ਕੀ ਰਾਏ ਇਸ ਵੀਡੀਓ 'ਤੇ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਦੇ ਸਕਦੇ ਹੋ। ਜੇਕਰ ਤੁਸੀਂ ਦ ਪੰਜਾਬ ਟੀਵੀ ਤੋਂ ਇਸੇ ਤਰ੍ਹਾਂ ਦੀਆਂ ਹੀ ਨਿਰਪੱਖਤਾ ਦੇ ਨਾਲ ਹਰ ਖਬਰ ਨੂੰ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦ ਪੰਜਾਬ ਟੀਵੀ।